चार दिंदा है पारा बड़े बड़े पैर वाला नु पाल चुके वाला किना देखता है सचिया यही मन रोकदा है चंद तूफान नु रोकण वाला पहलवाना प्रतफल वाला पर दूसरे पासे भी चोटी दा पहलवान है समय सोमवीर महाराज की धरती तो जिथे दा सिकंदर शेख वर्गे बड़े पहलवान है नामी पहलवान है कहंदे के गबरू नौजवान पंजाब दीयां छियां दी जिंद जान है महाराज दे कहंदे अक्षय शिंदे वर्गे पहलवान पंजाब दे छिंज मेलियां च बल्ले बल्ले करांदे है अज देखदे के सोमवीर अज चोटी दे पहलवान दे नाल प्रतफल फगवाने दी कुश्ती चल रही है बाईते हुए ढोलते डगे है देखदे के केड़ा मल दा मार के अज कुश्ती दा फैसला करेगा सिंदर पहलवान कहंदे पिता थानेदार है पंजाब पुलिस दे विच सिंदर पाल जी थानेदार है बलवीर दोधर पहलवान दा भांजा माता चरणजीत कौर दे दिल दा टुकड़ा ए अमृतपाल भगवाना अज सिरे दी कुश्ती है दोनों पहलवानां दी कार दाते दी बड़ी रम दा केड़ा मल दा मार के फैसला करेगा ए तां समय दी ਗੱਲਾਂ ਹੋਣਗੀਆਂ ਜੋਰ ਤੇ ਜਵਾਨੀ ਦੇ ਮੁਕਾਬਲੇ ਤੇ ਜੋਰ ਤੇ ਜਵਾਨੀ ਕਹਿੰਦੇ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਜਾਰੇ ਸਾਨਾ ਵਾਲਾ ਪੇੜ ਅੱਜ ਤਾਂ ਸਾਨਾ ਵਰ ਦੇ ਪੇੜ ਮੁਕਾਬਲੇ ਹੈ ਕਿ ਅਸਤਾਦਾਂ ਦੀਆਂ ਮਾਰਾਂ ਖਾਦੀਆਂ ਨੇ ਲਿਸ਼ਕਦੀਆਂ ਫਿਰਨ ਜਵਾਨੀਆਂ ਨੇ ਪਹਿਲਵਾਨ ਵੀ ਹੁਣ ਖੁਸ਼ਹਾਲ ਹੋ ਗਏ ਸ਼ੰਝ ਕਮੇਟੀਆਂ ਦੀਆਂ ਮਿਹਰਬਾਨੀਆਂ ਨੇ ਨਾਗਾ ਵਾਂਗੂ ਘੁੰਮਣ ਫੜੇ ਜਾਣ ਨਾ ਸਪੀਰਾਂ ਦੇ ਤੂੰ ਬਹਿ ਜਾ ਵੇਖ ਜਵਾਨਾ ਹੱਥ ਜੁੜ ਗਏ ਸ਼ੇਰਾਂ ਦੇ ਅੱਜ ਤਾਂ ਸ਼ੇਰਾਂ ਦੀ ਲੜਾਈ ਸ਼ੇਰਾਂ ਦੇ ਨਾਲ ਹੈ ਪੂਰੀ ਕੋਸ਼ਿਸ਼ ਕਰ ਰਿਹਾ ਜਿੱਥੇ ਪ੍ਰਿਤਮਲ ਫਗਵਾੜਾ ਉੱਥੇ ਸੌਂਪੀਰ ਇਸ ਸਮੇਂ ਕਹਿੰਦੇ ਮਹਾਰਾਜ ਵਾਲਾ ਇਹ ਦਾ ਵਿਚਾਂ ਦੇ ਫੈਸਲੇ ਹੁੰਦੇ ਆ ਇੱਕ ਜ਼ੋਰ ਦੇ ਨਾਲ ਜਿਹੜਾ ਮਨ ਦਾ ਮਾਰ ਕੇ ਫੈਸਲਾ ਕਰੇਗਾ ਇਹ ਤਾਂ ਸਮੇਂ ਦੀ ਗੱਲ ਹੈ जित हार कहते उस मालिक के हाथ वाली गल है कि चुंग मूरिया जिन्होंने टंड कटे और नितरे अज बदान अंदर जित हार परमात्मा के हाथ होंगी होना चाहिए हौसला इंसान अंदर सो कल गबरू नौजवान ने कहते प्रितपाल फगवाड़े ने ट्राइंगल जितया ढाको रोड़ा वाली के छिंज मेले के सिकंदर शेख के नाल वड्डी कुश्ती हुई वड्डा मुकाबला करके कल फिर ट्राइंगल भी जिहड़ा गबरू नौजवान ने ढाको रोड़ा वाली के छिंज मेले च जितया अज साढ़े नगर के विच भी गबरू अपनी कुश्ती के जोर दिखा रहा है पर देखदे कि दोनों हेलो हाँ जी सो दो सुरविंदर सिंह सुक्का जी ਸਾਡੀ ਛਿੰਝ ਕਮੇਟੀ ਦਾ ਮਾਨਸਾ ਬਈ ਮਾਨ ਕਰਦੇ ਹਨ ਛਿੰਝ ਕਮੇਟੀ ਨੂੰ ਬਹੁਤ ਧੰਨਵਾਦ ਕਰਦੀ ਹੈ ਤੇ ਆਪਣਾ ਸਨਮਾਨ ਚਿੰਨ੍ਹ ਵੀ ਪ੍ਰਾਪਤ ਕਰਨਗੇ ਲਿਆਓ ਜੀ ਬੜੀ ਵੱਡੀ ਖੁਸ਼ੀ ਚੱਲ ਰਹੀ ਹੈ ਚੱਡੀ ਦਾ ਵੱਡਾ ਮੁਕਾਬਲਾ ਇੱਕ ਵਾਰੀ 33 ਕਰੋੜ ਦੇਵੀ ਦੇਵਤਿਆਂ ਦੇ ਨਾਂ ਤੇ ਵੀ ਜਾਣੀ ਮਾਰ ਦਿਓ ਜਰਾ ਜੋਟਾ ਅੱਜ ਸਾਰੇ ਦੇਵਤੇ ਜਿਹੜੇ ਇਸੇ ਧਰਤੀ ਦੇ ਇਕੱਠੇ ਹੈ ਅੱਜ ਸਬਾਤਪੁਰ ਦੀ ਧਰਤੀ ਨੂੰ ਭਾਗ ਲੱਗਿਆ ਨਗਰ ਖੇੜੇ ਦੀ ਸੁਖ ਸ਼ਾਂਤੀ ਮਾਲ ਡੰਗਰ ਪਸ਼ੂ ਦੀ ਤੰਦਰੁਸਤੀ ਵਾਸਤੇ ਅੱਜ ਸਿਰੇ ਦੀਆਂ ਕੁਸ਼ਤੀਆਂ ਜਿਹੜੀਆਂ ਕਰਾਈਆਂ ਜਾ ਰਹੀਆਂ ਜੋ ਬਹੁਤ ਹੀ ਵਧੀਆ ਮੁਕਾਬਲੇ ਜਿਹੜੇ ਇਸ ਸਮੇਂ ਖਾੜੇ ਦੇ ਵਿੱਚ ਚੱਲ ਰਹੇ ਆ ਲਾਜੀ ਬਹੁਤ ਵੱਡੀ ਕੁਸ਼ਤੀ ਦਾਦਾ ਮੇਰ ਭਰਿਆ ਹੱਥ ਰੱਖੇ ਪਹਿਲਵਾਨਾਂ ਦੇ ਮਾਵਾਂ ਦੇ ਬੜੇ ਬੜੇ ਉੱਪਰ ਸ਼ੇਰਾ ਜਿਸ਼ੇ ਨੇ ਕੁਛ ਵੀ ਇੱਥੇ ਬੈਠੇ ਨੇ ਕੁਛ ਨਹੀਂ ਹੋਇਆ ਜਾਣ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਜੀ ਇਹ ਦਾਦਿਆਂ ਦੇ ਸ਼ੇਰ ਦੇ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਸਾਰੇ ਕੋਈ ਗੱਲ ਨਹੀਂ ਹੋਈ ਕਿਸੇ ਨੇ ਬਾਹਰ ਵੀ ਜਾਣ ਕੁਛ ਨਹੀਂ ਹੋਇਆ ਬਸ ਆਪਣੀ ਜਗ੍ਹਾ ਤੇ ਬੈਠੋ ਜੀ ਤੁਸੀਂ ਆਪ ਆਪਣੀ ਜਗ੍ਹਾ ਤੇ ਬੈਠੋ ਜੀ ਬੈਠੋ ਬੈਠੋ ਮੇਰੇ ਵੀਰ ਦਾਦਿਆਂ ਦੀ ਵੱਡੀ ਚੰਗੀ ਦੀ ਖੁਸ਼ੀ ਹੈ ਧੰਨ ਧੰਨ 2000 ਰੁਪਏ ਮੇਰ ਭਰਿਆ ਹੱਥ ਰੱਖੇ ਸਾਰੇ ਪਰਵਾਜਾ ਤੇ ਸਾਰੇ ਦਰਸ਼ਕ ਵੀਰਾਂ ਦੇ ਕੁਸ਼ਤੀ ਆਲ ਪਾਰ ਦੀ ਲੈਣੀ ਹੈ ਕੁਸ਼ਤੀ ਢਾਇਕ ਮਹੀਏ ਦੀ ਲੈਣੀ ਹੈ ਇਹ ਜੋ ਪੰਚਾਇਤ ਦਾ ਜੋ ਸੰਗਤ ਦਾ ਫੈਸਲਾ ਬਿਲਕੁਲ ਸਾਫ਼ ਕੁਸ਼ਤੀਆਂ ਜਿਹੜੀਆਂ ਕਰਾਈਆਂ ਜਾਣਗੀਆਂ ਮਾਲਕ ਚੜ੍ਹਦੀ ਕਲਾ ਰੱਖੇ ਸਾਰੇ ਪਰਵਾਨਾਂ ਤੇ ਮੇਰ ਭਰਿਆ ਹੱਥ ਰੱਖੇ ਅੱਜ ਵੀ ਇੱਕ ਨੰਬਰ ਦੀ ਵੱਡੀ ਇਹ ਝੰਡੀ ਦੀ ਕੁਸ਼ਤੀ ਚੱਲ ਰਹੀ ਹੈ ਦੋਨਾਂ ਪਹਿਲਵਾਨਾਂ ਵਿਚਕਾਰ ਇੱਕ ਪਾਸੇ ਗਬਰੂ ਨੌਜਵਾਨ ਇਸ ਸਮੇਂ ਦੇਖਦੇ ਕਿ ਬੜਾ ਤਜਰਬੇਕਾਰ ਪਹਿਲਵਾਨ ਹੈ ਸੋਮਵੀਰ ਮਹਾਰਾਜਰ ਤੇ ਦੂਜੇ ਪਾਸੇ ਗਬਰੂ ਨੌਜਵਾਨ ਇਸ ਸਮੇਂ ਪ੍ਰਿਤਪਾਲ ਫਗਵਾੜਾ ਕਿ ਗਾੜੀਆਂ ਦੀ ਚੌੜੀਆਂ ਛੱਤੀਆਂ ਤੇ ਖੁੱਲੇ ਇਹਨਾਂ ਦੇ ਸੁਭਾਅ ਜਿਹੜਾ ਇਹਨਾਂ ਨੂੰ ਵੰਗਾਰਦਾ ਉਹਨੂੰ ਲੰਮਾ ਲੈਂਦੇ ਨੇ ਪਾ ਯਾਰ ਨੇ ਯਾਰਾਂ ਦੇ ਉਹ ਵੇਖੋ ਕੁਸ਼ਤੀ ਕਰਦੇ ਅੱਜ ਪੁੱਤ ਸਰਦਾਰਾਂ ਦੀ ਇਹ ਆ ਪੰਜਾਬੀਆਂ ਦੇ ਪੁੱਤ ਪਰ ਦੇਖਣਾ ਕਿ ਦਾ ਪੀ ਦੇ ਨਾਲ ਕਿਹੜਾ ਮਨ ਇਸ ਕੁਸ਼ਤੀ ਦਾ ਫੈਸਲਾ ਕਰੇਗਾ ਫਿਰ ਬਾਜ਼ੀ ਕੁਸ਼ਤੀਆ ਜੋਰ ਦੋਨੋਂ ਪਹਿਲ
ਪਹਿਲਵਾਨ ਇਸ ਸਮੇਂ ਜੇਲ ਚ ਲਾ ਰਹੇ ਤੇ ਕਿਹੜਾ ਕਾ ਮਾਰੀ ਕੁਸ਼ਤੀ ਦਾ ਫੈਸਲਾ ਕੀ ਹੈ ਇੱਕ ਜੋਰ ਦੇ ਨਾਲ ਇਸ ਸਮੇਂ ਖਾੜੇ ਦੇ ਵਿੱਚ ਫੈਸਲੇ ਹੁੰਦੇ ਆ ਅਸੀਂ ਵੀ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਹਾਂ ਵਧੀਆ ਜੋੜ ਮਿਲਾਇਆ ਵਧੀਆ ਪਹਿਲਵਾਨ ਕੋਵਾਇਆ ਤੇ ਕੁਸ਼ਤੀਆਂ ਵੀ ਸਿਰੇ ਦੀਆਂ ਪਟਾਕੇਦਾਰ ਆ ਤੇ ਸਮਾਜ ਮੁਰਦੀ ਧਰਤੀ ਤੇ ਕਰਾਈਆਂ ਬਹੁਤ ਬਹੁਤ ਦਰਬਾਰ ਮਾਲਕ ਚੜ੍ਹਦੀ ਕਲਾ ਰੱਖੇ ਮਾਰੋ ਦਾ ਵਿੱਚ ਕੁਸ਼ਤੀ ਦਾ ਫੈਸਲਾ ਵੱਜਦੇ ਹੋਏ ਹੋਰਦੇ ਲਗੇ ਆ बहुत ही वधिया कुश्ती चल रही है हाले तक शर्माता ने मित्रा रब दे बख्शे काज दिया बड़िया लंबिया राह ने सतंदर तो सरताज दिया सदा सफर में चलते रहना यही किस्मत राही जी जे खुद जाइए सत्कार तो सब की इज्जत करनी चाहिए ते तरक्की दे राह ते तुरिया एवे ना गड्डी रोक दो बड़ी कीमत जवानी की एवे ना पट्ठी चोक दो नशिया तो परहेज करो यही वजह तबाही की जे खुद जाइए सत्कार ते सब की इज्जत करनी चाहिए बबर शेर इस समय मैदान पूरी कोशिश कर रहा है प्रित पाल फगवाड़ा रंग भी लालो लाल हो गया है अजे 22-23 साल की उम्र है देखो सामने कुश्ती सिरे दी दोनों पहलवानों विचकार इस समय खड़े दे विच चल रही है दोनों मल सुबह डुबर है पर जेड़ा दा मरेगा कुश्ती दा कौन फैसला करेगा ये तो समय की गल होगी पर दूजे पासे सोम वीर भी बड़ा तजुर्बेकार पहलवान है हाँ जी ढोला ते मनीष सिंह मीका आसमान पर तो उन्हां वल्लों विक्की हलवाई दे थ्रू 500 रुपया संजय कमेटी नूं आया संजय कमेटी उन्हां दा बहुत धन्नवाद करती है अगले साल 11,000 रुपया लंगर कमेटी वड्डा मान देंगे सरदार चरणजीत सिंह जी थिंद परिवार ने मांग के सेवा ला ली है दादे जी अगले 2023 तो कहते 12वें छिंज मेले 11,000 रुपया उन्होंने परिवार वालों भी अनाउंस हो गया असं बहुत बहुत धन्यवाद करते हैं चिरपाली भीर का बहुत बहुत धन्यवाद जिन्होंने अगले साल झोटी देनी है साढ़े लंबा लग गए भीर का धन्यवाद करते हैं एक झोटी उन्होंने वालों दी जानी है ਆਮਨਾ ਸਪੇਰ ਵਰਿੰਦਰ ਵੀਰਾ ਵੱਲੋਂ ਵੀ ਅਗਲੇ ਸਾਲ ਕਹਿੰਦੇ ਕਿ 1,000 ਰੁਪਇਆ ਦਿੱਤਾ ਜਾਣਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਮੁਕਾਬਲਾ ਸਿਰੇ ਦਾ ਕਿਹੜਾ ਮਨ ਦਾ ਮਾਰ ਕੇ ਇਹ ਕੁਸ਼ਤੀ ਦਾ ਫੈਸਲਾ ਕਰੇਗਾ ਤਾਂ ਇਹ ਸਮੇਂ ਦੀ ਗੱਲ ਹੋਵੇਗੀ ਦੁੱਧ ਮੱਖਣਾ ਨਾਲ ਪਾਲੇ ਹੋਏ ਸਰੀਰ ਆ ਦੇਖੋ ਮੇਰੇ ਵੀਰ ਕੋਈ ਕੋਈ ਆ ਰਹੇ ਵੀਰ ਪਕੰਬਰ ਜੋ ਰੋਕੇ ਇਹਨਾਂ ਸੱਟਾਂ ਨੂੰ ਗੱਜ ਗੱਜ ਚੌੜੀਆਂ ਛਾਤੀਆਂ ਹੋ ਜਾਣ ਨਜ਼ਰ ਨਾ ਲੱਗੇ ਪੱਤਾਂ ਨੂੰ ਨਜ਼ਰ ਨਾ ਲੱਗੇ ਹੋਈ ਜਵਾਨੀ ਨੂੰ ਜਿਹੜੀ ਅੱਜ ਸ਼ਿਵਾਜਪੁਰ ਦੇ ਸਿੰਘ ਮੇਲੇ ਚ ਆਪਣੇ ਕੁਸ਼ਤੀ ਦੇ ਜੋਰ ਤੇ ਕਰ ਗਏ ਹਲਕੀ ਜੀ ਚੋਟ ਲੱਗੀ ਹੈ ਪਰ ਦਾਤੇ ਦੀ ਰਮਤ ਬਹੁਤ ਹੀ ਵਧੀਆ ਮੁਕਾਬਲਾ ਇਸ ਸਮੇਂ ਦੋਨਾਂ ਪਹਿਲਵਾਨਾਂ ਦਾ ਇੱਕ ਪਾਸੇ ਸੋਮਵੀਰ ਹੈ ਤੇ ਦੂਜੇ ਪਾਸੇ ਕਹਿੰਦੇ ਬਲਵੀਰ ਜੋਧਰ ਪਹਿਲਵਾਨ ਦਾ ਭਾਂਜਾ ਕੋਈ ਹੈ ਗਬਰੂ ਨੌਜਵਾਨ ਪ੍ਰਿਤਪਾਲ ਫਗਵਾੜਾ ਦਾਦੇ ਦੀ ਵੱਡੀ ਰਹਿਮਤ ਹੈ ਫਗਵਾੜੇ ਦੇ ਲਾਗੇ ਜਗਤਪੁਰ ਜੱਟਾਂ ਪਿੰਡ ਹੈ ਸਾ ਬਾਕੀ ਭੈਣ ਭਰਾ ਅਮਰੀਕਾ ਦੀ ਧਰਤੀ ਦੇ ਸੈਟਲ ਹੈ ਪਰ ਗਬਰੂ ਭਲਵਾਨੀ ਦੇ ਖੇਤਰ ਦੇ ਵਿੱਚ ਵੀ ਪੂਰਾ ਐਨ ਸਹਿਜ ਪੰਜਾਬ ਦੇ ਦੰਗਲਾਂ 'ਚ ਧੰਦਲ ਕਰਾਉਂਦਾ ਪਰ ਦੇਖਦੇ ਕਿ ਕਿਹੜਾ ਮਲ ਦਾ ਮਾਰ ਕੇ ਫੈਸਲਾ ਕਰੇਗਾ ਦੋਨੋਂ ਮਲ ਸੁਬਹ ਉੱਪਰ ਹੈ ਰੱਖਿਆ ਧੌਣ ਦੇ ਹੱਥ ਗਬਰੂ ਨੌਜਵਾਨ ਨੇ ਦੇਖਦੇ ਕਿ ਇੱਕ ਪਾਸੇ ਪ੍ਰਿਤਪਾਲ ਫਗਵਾੜਾ ਤੇ ਦੂਜੇ ਪਾਸੇ ਗਬਰੂ ਨੌਜਵਾਨ ਇਸ ਸਮੇਂ ਪੂਰੀ ਕੋਸ਼ਿਸ਼ ਕਰ ਰਿਹਾ ਇਹ ਹੈ ਸੋਮ ਵੀਰ ਕਹਿੰਦੇ ਗਬਰੂ ਨੌਜਵਾਨ ਮਹਾਰਾਸ਼ਟਰ ਦੀ ਧਰਤੀ ਤੋਂ ਚੱਲ ਕੇ ਸਾਡੇ ਸਿੰਜ ਮੇਲੇ ਦੀ ਜਿੰਦ ਜਾਨ ਬਣਿਆ ਜੋਰ ਤੇ ਜਵਾਨੀ ਦੀ ਖੇਡ ਹੈ ਪਹਿਲਵਾਨੀ ਗੱਜ ਚੌੜੀਆਂ ਛਾਤੀਆਂ ਕਿ ਜਿਹੜਾ ਤੀਰ ਨਿਸ਼ਾਨੇ ਤੋਂ ਖੁੰਝ ਜਾਵੇ ਉਹ ਕਾਦਾ ਹੱਥਿਆ ਉਹਦੀ ਜਿੰਦ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਦੇ ਵਾਰ ਹੁਣ ਕਿਹੜਾ ਵਾਰ ਕਰਦਾ ਹੈ ਕਿਹੜਾ ਫੈਸਲਾ ਕਰਦਾ ਹੈ ਇਹ ਤਾਂ ਸਮੇਂ ਦੀ ਗੱਲ ਹੋਵੇਗੀ ਫੜਿਆ ਹੋਇਆ ਨਗੋਟਾ ਗਬਨ ਨੌਜਵਾਨ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਅੱਜ ਸੌ ਵੀਰ ਵੀ ਧੰਦਲ ਕਰਾ ਰਿਹਾ ਪਰ ਦੂਜੇ ਪਾਸੇ ਪ੍ਰਿਤਪਾਲ ਦਾ ਵੀ ਕਹਿੰਦੇ ਫੁੱਲ ਜ਼ੋਰ ਲੱਗਾ ਪਿਆ ਦੇਖਦੇ ਕਿ ਹਾਰ ਜਿੱਤਾਂ ਉਸ ਮਾਲਕ ਦੇ ਹੱਥ ਵਾਲੀ ਗੱਲ ਹੈ ਪੂਰੀ ਕੋਸ਼ਿਸ਼ ਹੈ ਰੱਖਿਆ ਧਾਨ ਤੇ ਗੁੱਡਾ ਰੱਖਿਆ ਧਾਨ ਤੇ ਗੁੱਡਾ ਗੱਭਰੂ ਨੌਜਵਾਨ ਨੇ ਇਸ ਵੇਲੇ ਪੂਰੀ ਕੋਸ਼ਿਸ਼ ਹੈ ਲੱਗਾ ਹੋਇਆ ਪੂਰਾ ਜ਼ੋਰ ਹੈ ਪਰ ਦੇਖਦੇ ਕਿ ਗੱਭਰੂ ਨੌਜਵਾਨ ਇਸ ਸਮੇਂ ਅਜੇ ਨਹੀਂ ਅਜੇ ਵੀ ਪੂਰੀ ਕੋਸ਼ਿਸ਼ ਹੈ ਬਚਾ ਹੋ ਗਿਆ ਮਾਰੇ ਤਾੜੀਆਂ ਜਰਾ ਜਰਾ ਮਾਰੇ ਤਾੜੀਆਂ ਪੂਰਾ ਵਿਚਾਰ ਹੋ ਗਿਆ
पूरी कोशिश कर रहा प्रेत मार फगवाड़ा ये पूरा जोर लगा पे ऐ समय सौवीर महाराज चलदा आज सबालपुर दी धरती है ऊपरले पासे पंजाब दा सुपर डुपर पहलवान कबरू नौजवान है एक जोर दे नाल केड़ा फैसला करेगा ये तो समय दी गल है पर जित्ता हारा दी खेल नहीं ऐ समय मामा दे बली पुर बब्बर शेरा दी खेल है दोनों मन सुपर डुपर श्री साहब को मगे जी फिर गए जी चंडी वाले कॉन्फ्रेंस साहब भलवानी करनी भगती करते तपस्या वाली गल है धोनी वीर का भी बहुत बहुत धन्यवाद बड़े सरकार के नाल ढूंढे डगा ला रहे हैं सौवीर भी महाराष्ट्र की धरती तो चल के आया गबरू नौजवान है हम देखते हैं कि गल बनती है इक्की तो कत्ती पाने वाली गल बनती है जे इक्की पाउण शरीक तो कत्ती पानी पड़ी है अज तो फिर इतना ही काम बनना है अज तो वह जोर ला के कुश्ती जितने पूरी कोशिश करनी है जो कुश्ती बड़ी चुटी दी है दोनों पहलवान अधिकार हेठले पासे सोमवीर महाराइडर उपरले पासे प्रितवार फगवाड़ा कुंडिया के सिंह फसल वाली कुश्ती चल रही है देखना क्या मल कौन का मार के इस कुश्ती का आर पार का फैसला करता है संगतों का ध्यान इस समय झंडी की कुश्ती के उत्ते है पंजाब की धरती है खेल मेलिया की धरती है दादा मेहर पर हथ रखे बहुत ही वधिया अज की एक नंबर की वही झंडी की कुश्ती जिथे विकास खन्ने वाली कुश्ती बड़ी वधिया हुई है सोनू चीमे वाली कुश्ती ने पटाके पाए है उथे झंडी की कुश्ती के उत्ते भी इस समय पूरा जोर लगे पे प्रितपाल फगवाड़े का कि कुश्ती का फैसला किया जाए पर देखने के गबरू नौजवान अजे भी पूरी तकनीक के नाल इस कुश्ती आर पार के बदल की पूरी कोशिश की जा रही है पर दा पेच उस मालिक के हथ वाली गल है जोर से जवानी की खेड है पहले दुध मखना ना पाले हुए शरीर है 14 मिनट की कुश्ती हुण तक चल चुकी है 14 मिनटां की कुश्ती जिहड़ी हुण तक हो चुकी है दोनों पहलवानों विचकार माड़ा मोटा जोर लग गया दोनों पहलवानों का हार जित का फैसला लाजमी कमेटी वालों कराया जाना है देखने के कौन दांव मार के फैसला कर रहा है अजे भी पूरी कोशिश की जा रही है जिते प्रितपाल फगवाड़े वालों उत्थे वधिया विचार अजे भी गबरू नौजवान पाई हुई सवारी आ गबरू नौजवान ने देखते हैं कि एक जोर के नाल इस समय प्रितपाल फगवाड़ा उपरले पासे लगा हुआ पूरा जोर है एक जोर दे नाल खेड़ा माले इस कुश्ती का फैसला करता है ये तो समय दी गल्लां होणगियां पर देखदा है दादे दी रमत है लगा हुआ जोर अजे पूरा अजे बचा अजे बचा अजे हो गई कुश्ती हो गई कुश्ती प्रितपाल फगवाड़े ने एक कुश्ती जिहड़ी है जित लई है।